ਉਹ ਸ਼ੈਤਾਨ ਨੇ ਅਦਨ ਦੇ ਬਾਗ ਦੇ ਵਿੱਚ ਇਨਸਾਨ ਦੇ ਸਿਰ ਨੂੰ ਮੰਗਿਆ, ਉਹਨੇ ਸਿਰ ਨੂੰ ਦਿਮਾਗ ਨੂੰ ਮੰਗਿਆ, ਸਿਰ ਨੂੰ ਮੰਗਿਆ। ਹੁਣ ਬੜੇ ਧਿਆਨ ਨਾਲ ਸੁਣਿਓ, ਇਹ ਸਾਰੀਆਂ ਚੀਜ਼ਾਂ ਕਿਉਂ ਹੁੰਦੀਆਂ? ਉਹਨੇ ਸਿਰ ਨੂੰ ਖਿਆਲ ਰੱਖਣਾ, ਅੱਜ ਜੋ ਮੈਂ ਕਹਿ ਰਿਹਾ, ਉਹਨੇ ਸਿਰ ਨੂੰ ਮੰਗ ਲਿਆ। ਕਿਉਂ? ਕਿਉਂਕਿ ਉਹਨੂੰ ਪਤਾ ਸਿਰ ਦੇ ਵਿੱਚ ਇਹ ਅੱਖਾਂ ਆ। ਕਿੰਨੇ ਲੋਕ ਸਮਝ ਰਹੇ? ਉਹਨੂੰ ਪਤਾ ਆ ਸਿਰ ਦੇ ਵਿੱਚ ਇਹ ਭੌਤਿਕ ਅੱਖਾਂ ਆ, ਔਰ ਮੈਂ ਸਾਰੀ ਪਬਲਿਕ ਨੂੰ ਇਹਨਾਂ ਦਾ ਦੁਆਰਾ ਸ਼ਿਕਾਰ ਕਰਾ ਸਕਦਾ। ਇਹ ਭੌਤਿਕ ਅੱਖਾਂ, ਤੁਸੀਂ ਕਦੀ ਵੀ ਆਤਮਿਕ ਨਹੀਂ ਬਣ ਸਕਦੇ। ਜੋ ਮਰਜ਼ੀ ਕਰ ਲਓ, ਕੋਠੇ ਤੋਂ ਛਾਲ, ਜੋ ਮਰਜ਼ੀ ਕੋਈ ਬੰਦਾ ਕਰ ਦੇਵੇ, ਆਤਮਿਕ ਕਦੀ ਨਹੀਂ ਕੋਈ ਬਣ ਸਕਦਾ। ਕਿਉਂਕਿ ਲੜਾਈ ਤਾਂ ਸਾਰੀ ਆਹੀ ਆ, ਔਰ ਮਨੁੱਖ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ। ਉਹ ਕਿਤਾਬਾਂ ਦੇ ਵਿੱਚੋਂ ਪ੍ਰਭੂ ਨੂੰ ਲੱਭਣਾ ਚਾਹੁੰਦਾ, ਹਰ ਚੀਜ਼ ਚੋਂ ਪ੍ਰਭੂ ਨੂੰ ਲੱਭਣਾ ਚਾਹੁੰਦਾ, ਔਰ ਜਿੰਨਾ ਚਿਕਰ ਤੱਕ ਪ੍ਰਭੂ ਨੇ ਤਾਂ ਹੀ ਇੱਕ ਬੜੀ ਐਤ ਅੱਖਾਂ ਦਾ ਕੰਮ ਆ ਸਾਰਾ। ਕਿਉਂਕਿ ਸਿਰ, ਉਹਨੇ ਸਿਰ ਮੰਗਿਆ, ਉਹ ਸਿਰ ਦੇ ਵਿੱਚ ਇਹ ਅੱਖਾਂ ਹੁੰਦੀਆਂ, ਅੱਖਾਂ ਹੁੰਦੀਆਂ, ਔਰ ਉਹ ਬੜੀ ਖਤਰਨਾਕ ਚੀਜ਼ ਉਹਨੇ ਮੰਗੀ। ਸਮਝ ਆ ਰਹੀ ਮੇਰੀ ਗੱਲ? ਆਮੇਨ। ਹੁਣ ਉਹ ਜਿਹੜੀ ਦੁਸ਼ਟ ਆਤਮਾ ਉਹਨਾਂ ਵਿੱਚ ਵੜੀਆਂ, ਉਹ ਕੀ ਆ ਹੁਣ ਕੀ ਕਰਦੀਆਂ? ਔਖਾਂ ਰਾਹੀਂ ਪ੍ਰਹਾਰ ਕਰਦੀਆਂ ਉਹਨਾਂ ਦੇ। ਸਮਝ ਆ ਰਹੀ ਮੇਰੇ ਭੈਣ ਭਾਈਆਂ ਨੂੰ? ਉਹ ਅੱਖਾਂ ਦੇ ਰਾਹੀਂ ਉਹਨਾਂ ਦਾ ਪ੍ਰਹਾਰ ਕਰਦੀਆਂ। ਅੱਖਾਂ ਰਾਹੀਂ ਸਭ ਕੁਛ ਹੁੰਦਾ ਆ, ਇਹਨਾਂ ਅੱਖਾਂ ਰਾਹੀਂ ਸਭ ਕੁਛ ਹੁੰਦਾ। ਧਿਆਨ ਦਿਓ, ਕਿਸੇ ਇਨਸਾਨ ਨੇ ਅਸਲੀ ਸੱਚੇ ਢੰਗ ਨਾਲ ਆਤਮਿਕ ਰੂਪ ਨਾਲ ਨਵੇਂ ਸਿਰਮ ਤੋਂ ਜਨਮ ਨਹੀਂ ਲਿਆ। ਹੁਣ ਲੜਾਈ ਆ, ਹੁਣ ਉਹ ਜਿਹੜਾ ਬੰਦਾ ਇਹਨਾਂ ਅੱਖਾਂ ਦੇ ਨਾਲ ਚੱਲਦਾ ਆ, ਉਹ ਕਦੀ ਵੀ ਨਵੇਂ ਸਿਰੇ ਤੋਂ ਉਹਦਾ ਜਨਮ ਨਹੀਂ ਹੋ ਸਕਦਾ। ਜਿਹੜੀ ਅਸਲੀਅਤ ਗੱਲ ਆ, ਕਿਉਂ ਨੀ ਲੋਕਾਂ ਦੀ ਬਹਾਲੀ? ਇਸੇ ਕਰਕੇ, ਕਿਉਂਕਿ ਲੋਕਾਂ ਨੂੰ ਪਤਾ ਨੀ ਆਤਮਿਕ ਕੀ ਆ ਔਰ ਸਰੀਰਕ ਕੀ ਆ, ਸ਼ੈਤਾਨ ਕੀ ਆ ਔਰ ਹੋਲੀ ਸਪਿਰਿਟ ਕੀ ਆ, ਪਤਾ ਹੀ ਨਹੀਂ ਹੈ। ਔਰ ਜਿੰਨਾ ਚਿਕਰ ਇਹ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ, ਸਾਨੂੰ ਕਦੀ ਵੀ ਪਰਮੇਸ਼ੁਰ ਦੀ ਸਮਝ ਨਹੀਂ ਆ ਸਕਦੀ। ਅੱਜ ਕਿਉਂ ਨੀ ਲੋਕਾਂ ਨੂੰ ਸਮਝ ਆਉਂਦੀ ਪਈ? ਉਹਦਾ ਕਾਰਨ ਇਹ ਆ, ਕਿਉਂਕਿ ਉਹਨੇ ਦਿਮਾਗ ਨੂੰ ਸਮਝ ਨੂੰ ਮੰਗਿਆ। ਔਰ ਸਮਝ ਸਾਰੀ ਜਿਹੜੀ ਹੈ, ਜਦੋਂ ਅਸੀਂ ਇਸ ਲੈਨ ਚੋਂ ਬਾਹਰ ਹੁੰਦੇ ਹਾਂ ਤੇ ਪਰਮੇਸ਼ੁਰ ਦੀ ਸਮਝ ਸਾਡੇ ਤੋਂ ਪਰੇ ਹੋ ਜਾਂਦੀ ਹੈ, ਔਰ ਸ਼ੈਤਾਨ ਦੀ ਸਮਝ ਦੇ ਅਸੀਂ ਫੜੇ ਜਾਂਦੇ ਹਾਂ। ਹੁਣ ਉਹ ਕਹਿੰਦਾ ਵੀ ਆਤਮਿਕ ਬੰਦ, ਆਤਮਿਕ ਚੀਜ਼ਾਂ। ਹੁਣ ਆਤਮਾ ਦਾ ਜਿਹੜਾ ਬੰਦਾ ਜੰਮੇਗਾ, ਆਤਮਾ ਦਾ ਚੱਲੇਗਾ, ਉਹ ਬੰਦੇ ਹੋਰ ਆ, ਉਸਨੂੰ ਗ੍ਰਹਿਣ ਕਰ, ਉਹ ਉਸਨੂੰ ਗ੍ਰਹਿਣ ਕਰੇਗਾ। ਉਹ ਆਪਣਾ ਨਾਮ, ਉਹ ਜਿਹੜਾ ਬੰਦਾ ਅੱਖਾਂ ਦੇ ਨਾਲ ਚੱਲਦਾ ਆ, ਉਹਨੂੰ ਅੱਖਾਂ ਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ, ਅੱਖਾਂ ਨਾਲ ਜੋ ਚੀਜ਼ ਪਾਉਂਦੀ ਆ ਉਹਨੂੰ ਸੋਹਣੀ ਲੱਗਦੀ ਆ। ਬੜਾ ਕੋਟ ਫਰਮਾਉਣਾ, ਧੰਨਵਾਦ ਕਰਦੇ ਪ੍ਰਭੂ ਦਾ, ਬੜਾ ਧਿਆਨ ਨਾਲ ਸੁਣਿਓ। ਉਹ ਚਾਹੁੰਦਾ ਆ, ਮੈਂ ਵੀ ਕੁਛ ਬਣਨਾ ਚਾਹੁੰਦਾ ਆ, ਕਿਉਂਕਿ ਅੱਖਾਂ ਨਾਲ ਦੇਖਦਾ ਆ, ਇਹਨਾਂ ਅੱਖਾਂ ਦੇ ਨਾਲ। ਹੁਣ ਸਮਝ ਆ ਰਹੀ ਕਿਉਂ ਉਹਨੇ ਸ਼ੈਤਾਨ ਦੇ ਦਿਮਾਗ ਫੜਿਆ? ਕਿਉਂਕਿ ਉਹਨੂੰ ਪਤਾ ਮੈਂ ਮਨੁੱਖ ਦੀਆਂ ਅੱਖਾਂ ਨੂੰ ਇਸਤੇਮਾਲ ਕਰੂੰਗਾ, ਇਹਨੂੰ ਲੈਣ ਚੋਂ ਬਾਹਰ ਕੱਢੂਗਾ, ਪਰਮੇਸ਼ੁਰ ਦੇ ਖੁਦਾ ਦੀ ਲੈਣ ਚੋਂ ਇਹਨੂੰ ਬਾਹਰ ਕੱਢੂਗਾ ਔਰ ਆਪਣੇ ਲਈ ਇਸਤੇਮਾਲ ਕਰਾਊਂਗਾ ਕੰਮ। ਉਹਨੂੰ ਪਤਾ ਹੀ ਨਹੀਂ ਲੱਗਦਾ। ਹਲੇਲੂਇਆ। ਇਹ ਬਹੁਤ ਵੱਡਾ ਭੇਤ ਹੈ ਜਿਹੜਾ ਪ੍ਰਭੂ ਨੇ ਆਪਣੇ ਨਬੀ ਦੇ ਦੁਆਰਾ ਖੋਲਿਆ। ਹਲੇਲੂਇਆ। ਨਹੀਂ ਤਾਂ ਪਤਾ ਹੀ ਨਹੀਂ ਸੀ ਲੱਗਣਾ ਇਹ ਗੱਲਾਂ। ਹਲੇਲੂਇਆ। ਹੁਣ ਮੈਂ ਤੁਹਾਨੂੰ ਤਾਂ ਦੱਸ ਰਿਹਾ, ਤਾਂ ਤੁਹਾਨੂੰ ਸ਼ੁਰੂਆਤ ਤੋਂ ਹੀ ਸਮਝਾਉਣਾ ਆ, ਕੋਈ ਨਾ ਕੋਈ ਰੀਜ਼ਨ ਹੈ ਇਹਦੇ ਵਿੱਚ, ਕਿਉਂ ਨੀ ਬੰਦੇ ਆਤਮਿਕ ਬਣਦੇ, ਭੈਣਾਂ ਆਤਮਿਕ ਕਿਉਂ ਨੀ ਬਣਦੀਆਂ ਆਪਣੇ ਵੀ? ਬੜੇ ਦੁਨੀਆਂ ਦਾ ਹਾਲ ਹੋਇਆ ਪਿਆ, ਆਤਮਿਕ ਤੌਰ ਤੇ ਲੋਕੀ ਖਤਮ ਹੋ ਰਹੇ ਆ, ਉਹ ਕਰ ਰਿਹਾ ਖਤਮ। ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਬਣਾ, ਮੇਰਾ ਇੱਕ ਨਾਮ ਹੋਵੇ, ਮੇਰੀ ਸ਼ੋਹਰਤ ਹੋਵੇ, ਮੇਰਾ ਵੱਡਾ ਸਾਰਾ ਕੋਈ ਮਹਿਲ ਜਾਂ ਘਰ ਹੋਵੇ, ਹਨਾ, ਲੋਕ ਮੈਨੂੰ ਕਹਿਣ ਵਾਹ ਜੀ। ਕਿੰਨੇ ਲੋਕ ਮੇਰੇ ਨਾਲ ਆ? ਇਹ ਕਿੱਥੋਂ ਆਇਆ ਇਹਨਾਂ ਅੱਖਾਂ? ਉਹ ਮੈਂ ਦੇਖਿਆ ਜਾ ਕੇ ਵੀ ਬੜਾ ਵਧੀਆ ਬਈ, ਮੈਂ ਵੀ ਇੱਕ ਮੇਰਾ ਵੀ ਸਿਸਟਮ ਵਧੀਆ ਹੋਣਾ ਚਾਹੀਦਾ।
ਹਲੇਲੂਯਾ। ਇਹ ਸਭ ਕੋਈ ਮੇਰੇ ਪੈਰ ਪਈਏ, ਕੁਛ ਨਹੀਂ ਆ, ਇਹ ਅੱਖਾਂ ਦਾ ਧੋਖਾ ਆ। ਹਲੇਲੂਯਾ। ਅਮੇਨ। ਪ੍ਰਭੂ ਦਾ ਧੰਨਵਾਦ। ਇਹ ਸਾਰਾ ਅੱਖਾਂ ਦਾ ਧੋਖਾ ਆ। ਜੇ ਮੇਰੀ ਗੱਲ ਨੂੰ ਸਮਝ ਗਏ ਤਾਂ ਪ੍ਰਭੂ ਤਰ ਬਰਕਤ ਹੋਊਗਾ। ਹਲੇਲੂਯਾ। ਇਹ ਸਾਰਾ ਕੁਝ ਇਹਨਾਂ ਅੱਖਾਂ ਦਾ ਧੋਖਾ, ਤਾਂ ਕਿ ਉਹਨੇ ਸਿਰ ਹੀ ਤਾਂ ਮੰਗਿਆ। ਉਹਨੂੰ ਪਤਾ ਸਿਰ ਦੇ ਵਿੱਚ ਪਰਮੇਸ਼ਵਰ ਦੀਆਂ ਅੱਖਾਂ ਲਾਈਆਂ ਹੋਈਆਂ, ਔਰ ਇਹ ਬੰਦਾ ਕਿੱਥੋਂ ਮਾਰ ਖਾਊਗਾ ਅੱਖਾਂ ਤੋਂ। ਹਲੇਲੂਯਾ। ਹੁਣ ਅੱਖਾਂ ਕਰਕੇ ਹਰ ਬੰਦਾ ਇਹ ਚਾਹੁੰਦਾ ਵੀ ਮੈਂ ਕੁਛ ਨਾ, ਉਹ ਦੌੜ 'ਚ ਲੱਗਾ ਹੋਇਆ। ਇਹ ਕਹਿੰਦਾ ਅੱਖਾਂ ਦੇ ਵਸੀਲੇ ਦੇ ਨਾਲ, ਇਹਨਾਂ ਅੱਖਾਂ ਦੇ ਵਸੀਲੇ ਦੇ ਨਾਲ ਉਹ ਦੌੜ 'ਚ ਲੱਗਾ ਹੋਇਆ ਵੀ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ। ਆਪਣੀ ਆਪਣੀ ਦੌੜ 'ਚ ਹਰ ਕੋਈ ਲੱਗਾ ਹੋਇਆ। ਪਾਦਰੀ ਆਪਣੀਆਂ ਦੌੜਾਂ 'ਚ ਲੱਗੇ ਹੋਏ ਆ, ਜਿਹੜੇ ਬਲੀਵਰ ਆਪਣੀਆਂ ਦੌੜਾਂ 'ਚ ਲੱਗੇ ਆ ਹਰ, ਲੇਕਿਨ ਆਤਮਿਕ ਜਿਹੜਾ ਬੰਦਾ ਆ ਉਹ ਇਸ ਦੌੜ 'ਚ ਨਹੀਂ ਆ। ਆਇਆ ਪਹਿਚਾਣ ਆਤਮਿਕ ਬੰਦਾ, ਉਹ ਇਸ ਦੌੜ 'ਚ ਨਹੀਂ ਆ। ਉਹ ਇਸ ਦੌੜ 'ਚ ਆ ਵੀ ਪ੍ਰਭੂ ਜੇ ਮੇਰੇ 'ਚ ਕੋਈ ਕਮੀ ਘਟੀ ਹੈਗੀ ਆ ਉਹ ਮੈਂ ਦੂਰ ਕਰਦੀ ਹਾਂ, ਔਰ ਮੈਂ ਤੇਰੇ ਨਾਲ ਸੰਬੰਧ ਬਣਾਉਣਾ ਹੈ। ਉਹ ਇਸ ਦੌੜ 'ਚ ਆ, ਕਿਉਂਕਿ ਉਹਨਾਂ ਦਾ ਜਿਹੜਾ ਪਰਮੇਸ਼ਰ, ਉਹਨਾਂ ਜਿਹੜੇ ਸੰਤ ਲੋਕ ਆ ਉਹ ਇਸੇ ਦੌੜ 'ਚ ਰਹੇ ਆ। ਉਹਨੂੰ ਪਤਾ ਆ, ਉਸ ਬੰਦੇ ਨੂੰ, ਉਸ ਭੈਣ ਨੂੰ ਪਤਾ ਆ ਵੀ ਮੈਂ ਉਸ ਦੌੜ 'ਚ ਦੌੜਨਾ ਜਿਸ 'ਚ ਮੇਰੇ ਸੰਤ ਦੌੜੇ ਆ। ਹਲੇਲੂਯਾ। ਉਹ ਇੰਨਾ ਅੱਖਾਂ ਦੇ ਤਾਂ ਇਹ ਚੀਜ਼ਾਂ ਅਨਗੋਲ ਕਰਦੇ ਸੀ, ਕਿਉਂਕਿ ਉਹਨੂੰ ਪਤਾ ਆ ਵੈਰੀ ਨੇ ਅੱਖਾਂ ਨੂੰ ਮੰਗਿਆ ਹੋਇਆ, ਉਹ ਇਹਦੇ ਦੁਆਰਾ ਉਹ ਕੰਮ ਕਰਦਾ ਆ, ਕਿਉਂਕਿ ਉਹਨੇ ਸਿਰ ਨੂੰ ਮੰਗਿਆ ਨਾ, ਔਰ ਪਰਮੇਸ਼ਵਰ ਨੇ ਹਾਰ ਨੂੰ, ਉਹ ਹਾਰ ਦੇ ਵਿੱਚ ਆ, ਸੋਲ 'ਚ ਆ। ਫਰਕ ਆ ਦੋਨਾਂ ਦਾ, ਠੀਕ ਆ, ਦੋਨਾਂ ਫਰਕ ਆ। ਹੁਣ ਉਹ ਬੰਦੇ ਦਾ ਸਰੀਰਕ ਬੰਦਾ ਆ, ਉਹ ਆਤਮਿਕ ਕਿੱਦਾਂ ਬਣ ਸਕਦਾ? ਆਹੀ ਦਾ ਸਿਸਟਮ, ਉਹ ਬਣ ਹੀ ਨਹੀਂ ਸਕਦਾ ਇੱਦਾਂ। ਉਹ ਧਾਰਮਿਕਤਾ ਵਿੱਚ ਚੀਜ਼ਾਂ ਜਿਹੜੀਆਂ ਇਹ ਸਿਰ ਵਿੱਚ ਅੱਖਾਂ ਹਨ, ਉਹ ਆਪਣੇ ਆਪ ਨੂੰ ਧਾਰਮਿਕਤਾ ਵਿੱਚ ਲੁਕਵਾ ਲਵੇਗਾ ਜਦੋਂ ਤੱਕ ਉਸ ਨੂੰ ਉਹ ਲਕਸ਼ ਨਹੀਂ ਮਿਲ ਜਾਂਦਾ।